ਭਾਵੇਂ ਕਿ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਚਨਬੱਧ ਹੈ, ਪਰੰਤੂ ਕਈ ਵਾਰ ਮਹਿਕਮੇ ਦੀਆਂ ਅਣਗਹਿਲੀਆਂ ਕਾਰਨ ਲੋਕਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਇੱਕ ਮਾਮਲਾ ਵਿਧਾਨ ਸਭਾ ਹਲਕਾ ਨਾਭਾ ਅੰਦਰ ਸਾਹਮਣੇ ਆਇਆ ਹੈ, ਜਿੱਥੇ ਨਹਿਰੀ ਮਹਿਕਮੇ ਦੀ ਅਣਗਹਿਲੀ ਕਾਰਨ ਪਿੰਡ ਥੂਹੀ ਤੋਂ ਲਹਿਰਾ ਗੰਗਾ ਜਾਣ ਵਾਲੀ ਨਹਿਰ ਦੀ ਪਟੜੀ ਪਿਛਲੀ ਲੰਬੇ ਸਮੇਂ ਤੋਂ ਬਲਾਕ ਹੋਈ ਪਈ ਹੈ। ਇਹ ਨਹਿਰ ਦੀ ਪਟੜੀ 2011 ਤੋਂ ਬਾਅਦ ਬਲਾਕ ਹੈ। ਜ਼ਿਕਰਯੋਗ ਹੈ ਕਿ 2011 ਅੰਦਰ ਜਦੋਂ ਨਹਿਰ ਪੱਕੀ ਹੋਈ ਤਾਂ ਠੇਕੇਦਾਰਾਂ ਵੱਲੋਂ ਨਹਿਰ ਦੀ ਪਟੜੀ ਤੇ ਸੁੱਟ ਦਿੱਤਾ ਤੇ ਮਲਵਾ ਨਹੀਂ ਚੁੱਕਿਆ ਗਿਆ। ਉਸ ਤੋਂ ਬਾਅਦ ਨਹਿਰ ਦੀ ਪਟੜੀ ਤੇ ਕਾਫੂਸ ਅਤੇ ਝਾੜੀਆਂ ਉੱਗ ਗਈਆਂ, ਪਰੰਤੂ ਨਹਿਰੀ ਮਹਿਕਮੇ ਨੇ ਇਸ ਰਸਤੇ ਦੀ ਕੋਈ ਸਾਰ ਨਹੀਂ ਲਈ। ਹੁਣ ਦੇਖਣਾ ਇਹ ਹੋਵੇਗਾ ਕਿ ਨਹਿਰੀ ਮਹਿਕਮਾ 10 ਸਾਲ ਬਾਅਦ ਵੀ ਆਪਣੀ ਗੂੜੀ ਨੀਂਦ ਤੋਂ ਜਾਗਦਾ ਹੈ ਜਾਂ ਨਹੀਂ। ਇਸ ਸੰਬੰਧੀ ਜਦੋਂ ਐਕਸੀਅਨ ਕਿਰਨਦੀਪ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਅਧਿਕਾਰੀਆਂ ਦੀ ਡਿਊਟੀ ਲਗਾ ਕੇ ਲੋਕਾਂ ਨੂੰ ਆ ਰਹੀ ਸਮੱਸਿਆਵਾਂ ਦਾ ਜਲਦ ਹੀ ਹੱਲ ਕੀਤਾ ਜਾਵੇਗਾ। ਅੱਜ ਇਕੱਠੇ ਹੋਏ ਵੀਰ ਜੀ, ਕੀ ਮਸਲਾ ਕੀ ਹੈ? ਮਸਲਾ ਤਾਂ ਇਹ ਹੈ ਜੀ, ਅਸੀਂ ਪਿੰਡ ਥੂਹੀ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ ਦੇ ਵਸਨੀਕ ਹਾਂ, ਅਤੇ ਆਪਣਾ ਜਿਹੜੀ ਇਹ ਪਰੇਸ਼ਾਨੀ ਆਉਂਦੀ ਹੈ ਜੀ, ਆਹ ਸੜਕ ਪਹਿਲਾਂ ਇਹ ਪਹੀ ਹੁੰਦੀ ਸੀ, ਮਤਲਬ ਕਿ ਨਹਿਰ ਦੇ ਨਾਲ ਨਾਲ ਇਹ ਜਿਹੜਾ ਇਹ ਬੰਦ ਹੋ ਚੁੱਕੀ ਹੈ, ਬਿਲਕੁਲ ਬਲੌਕ ਹੋ ਚੁੱਕੀ ਹੈ। ਅੱਗੇ ਜਿਹੜੇ ਜਿਨ੍ਹਾਂ ਦੇ ਕਿਸਾਨ ਨੇ, ਜਿਨ੍ਹਾਂ ਨੇ ਜਾਣਾ ਅੱਗੇ ਰਸਤੇ ਨੇ, ਜਿਨ੍ਹਾਂ ਦੇ ਜ਼ਮੀਨਾਂ ਦੇ, ਉਹ ਬੰਦ ਹੋ ਗਏ ਨੇ ਸਾਰੀ, ਮਤਲਬ ਕਿ ਇਹ ਜਦ ਨਹਿਰ ਬਣੀ ਸੀ ਉਸ ਤੋਂ ਜਿੰਨਾ ਮਲਬਾ ਸੀ ਸਾਰਾ ਪੁਲੀ 'ਤੇ ਸੁੱਟਤਾ, ਇਹ ਪੁਲੀ ਅੱਗੇ ਬੰਦ ਹੋ ਗਈ। ਹੁਣ ਇਹ 4 ਕਿਲੋਮੀਟਰ ਦਾ ਟੋਟਾ ਤਾਂ ਬਿਲਕੁਲ ਬਲੌਕ ਹੋ ਚੁੱਕਿਆ, ਅੱਗੇ ਸੜਕ ਬਣ ਚੁੱਕੀ ਹੈ ਪੂਰੀ ਸਿਰੇ ਤੱਕ, ਜੇ ਸਮਾਣੇ ਜਾਣਾ ਕਿਸੇ ਨੇ, ਲਹਿਰੇ ਜਾਣਾ ਜਾਂ ਪਾਤੜਾਂ ਜਾਣਾ, ਮਤਲਬ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ। ਇੱਧਰ ਦੀ ਸ਼ਾਰਟਕੱਟ ਬਹੁਤ ਜ਼ਿਆਦਾ ਸ਼ਾਰਟਕੱਟ ਰਸਤਾ ਹੈ, ਅਤੇ ਇਹ ਹੁਣ 4 ਕਿਲੋਮੀਟਰ ਦਾ ਟੋਟਾ, ਔਰ ਨਾਭੇ ਤੋਂ ਸਾਡਾ ਪਿੰਡ 4 ਕਿਲੋਮੀਟਰ ਹੈ, 4 ਕਿਲੋਮੀਟਰ ਅੱਗੇ 4 ਕਿਲੋਮੀਟਰ ਬਿਲਕੁਲ ਬਲੌਕ ਹੈ, ਅੱਗੇ ਪੂਰੀ ਸੜਕ ਬਣ ਚੁੱਕੀ ਆ। ਅਸੀਂ ਇਹੀ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਕਿਰਪਾ ਕਰਕੇ ਇਹ ਸਾਡੀ ਸੜਕ ਬਣਾਈ ਜਾਵੇ, ਜਿਹੜਾ 4 ਕਿਲੋਮੀਟਰ ਦਾ ਟੋਟਾ ਰਹਿ ਗਿਆ ਇਹਨੂੰ ਬਣਾਇਆ ਜਾਵੇ, ਤਾਂ ਕਿ ਪਰੇਸ਼ਾਨੀ ਨਾ ਆਵੇ ਜਾਣ ਵਾਲੇ ਨੂੰ, ਰਾਹਗੀਰਾਂ ਨੂੰ ਵੀ, ਸਾਨੂੰ ਪਿੰਡ ਵਾਲਿਆਂ ਨੂੰ, ਕਿਸੇ ਨੂੰ ਪਰੇਸ਼ਾਨੀ ਨਾ ਆਵੇ, ਇਹੀ ਬੇਨਤੀ ਕਰਦੇ ਹਾਂ ਸਰਕਾਰ। ਬਿਲਕੁਲ ਨਹੀਂ ਅੱਗੇ ਕੋਈ ਵਹੀਕਲ, ਵੱਡਾ ਵਹੀਕਲ ਜਾ ਸਕਦਾ? ਬਿਲਕੁਲ ਸਕੂਟਰ ਵੀ ਨਹੀਂ ਜਾ ਸਕਦਾ ਜੀ, ਮੋਟਰਸਾਈਕਲ ਵੀ ਨਹੀਂ ਜਾ ਸਕਦਾ, ਇਹ ਹੁਣ ਬਿਲਕੁਲ ਬਲੌਕ ਹੋ ਚੁੱਕੇ, ਅੱਗੇ ਦਰਖਤ ਹੋ ਗਏ ਨੇ, ਜੰਗਲ ਬਣ ਚੁੱਕੇ ਹੈ, ਬਿਲਕੁਲ ਬਲੌਕ ਹੋ ਗਈ ਹੈ ਸੜਕ, ਗੰਦ ਮੰਦ ਪਿਆ ਜੀ, ਆਹ ਦੇਖੋ ਤੁਸੀਂ ਸਾਰਾ ਮਲਬਾ ਪਿਆ, ਇਹ ਬਲੌਕ ਹੋ ਗਿਆ 4 ਕਿਲੋਮੀਟਰ ਦਾ ਟੋਟਾ। ਅਸੀਂ ਤਾਂ ਇਹੀ ਕਹਿੰਦੇ ਹਾਂ ਸਰਕਾਰ ਨੂੰ, ਮੰਗ ਕਰਦੇ ਹਾਂ ਵੀ ਇਹਨੂੰ ਖੋਲ੍ਹਿਆ ਜਾਵੇ, ਇਹ ਸੜਕ ਬਣਾਈ ਜਾਵੇ ਪੂਰਨ ਤੌਰ 'ਤੇ, ਕਿਉਂਕਿ ਅੱਗੇ ਸਾਡੀ ਇਹ ਸੜਕ, ਅੱਗੇ ਸਾਡੀ 4 ਕਿਲੋਮੀਟਰ ਜਾ ਕੇ ਸੜਕ ਨਾਲ ਜੁੜ ਜਾਣੀ ਹੈ, ਅੱਗੇ ਸੰਗਰੂਰ ਜ਼ਿਲ੍ਹੇ ਦੀਆਂ ਸਾਰੀਆਂ ਸੜਕਾਂ ਬਣੀਆਂ ਹੋਈਆਂ ਨੇ, ਸਿਰੇ ਤੱਕ ਜਾਣੀ ਹੈ, ਇਹ ਪਰੇਸ਼ਾਨੀ ਨਹੀਂ ਕੋਈ ਆਉਣੀ, ਜਾਣ ਵਾਲਿਆਂ ਨੂੰ ਨਹੀਂ ਕੋਈ ਪਰੇਸ਼ਾਨੀ ਆਉਣੀ, ਸ਼ਾਰਟਕੱਟ ਰਸਤਾ ਜੀ ਸਾਰਾ, ਮਤਲਬ ਕਿ ਇਹ ਠੀਕ ਹੋ ਜਾਣਾ ਕੰਮ ਜੇ ਬਣ ਜੇ ਸੜਕ। ਵਾਹਿਗੁਰੂ ਖਾਲਸਾ, ਵਾਹਿਗੁਰੂ ਕੀ ਫਤਿਹ। ਅਸੀਂ ਪਿੰਡ ਥੂਹੀ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ ਤੋਂ ਬੋਲਦੇ ਹਾਂ। ਜਿਹੜੀ ਇਹ ਨਹਿਰ ਪੈਂਦੀ ਆ, ਇਹ ਸਿਰਫ 4 ਕਿਲੋਮੀਟਰ ਦਾ ਟੋਟਾ ਗਾ, ਪੰਚਾਇਤਾਂ ਨੇ ਮਤੇ ਪਾ ਕੇ ਵੀ ਦਿੱਤੇ ਔਰ ਕੋਈ ਅਸਰ ਨਹੀਂ ਹੋਇਆ ਸਰਕਾਰਾਂ 'ਤੇ, ਕੋਈ ਸਮੇਂ ਸਮੇਂ 'ਤੇ ਸਰਕਾਰਾਂ ਨੇ ਆਉਂਦੇ ਜਾਂਦੇ ਰਹਿੰਦੀਆਂ ਸਰਕਾਰਾਂ, ਪਰ ਸਾਡੀ ਕਿਸੇ ਨੇ ਵੀ ਪਿੰਡ ਦੀ ਕਿਸੇ ਨੇ ਕੋਈ ਗੱਲ ਇਸ ਨਹਿਰ ਬਾਰੇ, ਇਸ ਰਸਤੇ ਬਾਰੇ ਕਿਸੇ ਨੇ ਕੋਈ ਸੁਣੀ ਨਹੀਂ। ਔਰ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਰਸਤੇ 'ਤੇ ਸੜਕ ਬਣਾਈ ਜਾਵੇ, 4 ਕਿਲੋਮੀਟਰ ਟੋਟਾ ਸਾਡੇ ਪਿੰਡ ਥੂਹੀ ਪੁਲ ਤੋਂ ਲੈ ਕੇ ਅੱਗੇ ਬੀਂਬੜ ਤੱਕ ਸੜਕ ਬਣੀ ਹੋਈ ਆ, ਫੰਮਣਾਲ ਅੱਗੇ ਪਟਿਆਲਾ ਜਿਹੜੀ ਆਪਣੇ ਹਾਈਵੇ ਜਾਂਦੀ ਆ ਉਹਦੇ 'ਚ ਸੜਕ ਜਾ ਚੜ੍ਹਦੀ ਆ। ਜੇ 4 ਕਿਲੋਮੀਟਰ ਦਾ ਟੋਟਾ ਬਣਦਾ ਤਾਂ ਬਹੁਤ ਵੱਡਾ ਰਾਹਗੀਰਾਂ ਨੂੰ ਔਰ ਇਲਾਕੇ ਦੇ ਨਿਵਾਸੀਆਂ ਨੂੰ, 25-30 ਪਿੰਡਾਂ ਨੂੰ ਇਸ ਰਸਤੇ ਦਾ ਬਹੁਤ ਫਾਇਦਾ ਹੁੰਦਾ ਗਾ। ਅਸੀਂ ਇਹ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਔਰ ਮੰਤਰੀ ਸਾਹਿਬ ਧਰਮਸੋਧ ਨੂੰ, ਇਸ ਇਲਾਕੇ ਦੇ ਨੇ, ਵੀ ਇਹ ਰਸਤਾ ਜ਼ਰੂਰ ਬਣਾ ਦੇਣ। ਵਾਹਿਗੁਰੂ ਜੀ ਕਾ ਖਾਲਸਾ। ਰਸਤੇ ਦੀਆਂ ਬਹੁਤ ਜ਼ਿਆਦਾ ਪਰੇਸ਼ਾਨੀਆਂ ਨੇ ਜੀ। ਹੁਣ ਜਿਵੇਂ ਕਿਸੇ ਨੇ ਵੀ ਛੇਤੀ ਜਾਣਾ ਜੀ, ਇੱਥੋਂ ਸ਼ਾਰਟਕੱਟ ਪੈਂਦਾ ਜੀ, ਭੜੋ ਵੀ ਹੈ, ਨੰਦਾਂਪੁਰ ਹੈ ਗਾਹਾਂ ਜੀ, ਅਤੇ ਗਾਹਾਂ ਆਪਣੇ ਸੂਲਰ ਦੇ ਘਰਾਟ ਵੀ ਨੇ ਜੀ। ਇੱਧਰ ਦੀ ਨਹਿਰ ਦੀ ਪਟੜੀ ਅਗਲਾ ਲੰਘਦਾ ਜੀ। ਹੁਣ ਇਹ 2011 ਤੋਂ ਬੰਦ ਪਈ ਹੈ ਜੀ, ਠੇਕੇਦਾਰਾਂ ਨੇ ਆਪਦਾ ਕੰਮ ਕਰਿਆ ਜੀ, ਇੱਥੇ ਮਲਬਾ ਸੁੱਟ ਕੇ ਪਰੇਸ਼ਾਨੀ ਪਿੰਡ ਵਾਲਿਆਂ ਨੂੰ ਆ ਰਹੀ ਹੈ ਜੀ, ਖੇਤਾਂ ਵਾਲੇ ਜਿਹੜੇ ਰਾਹਗੀਰ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਉਹ ਪਰੇਸ਼ਾਨੀ ਹੈ ਜੀ। ਅਸੀਂ ਤਾਂ ਇਹੀ ਕਹਿੰਦੇ ਜੀ ਸਰਕਾਰ ਨੂੰ ਵੀ ਕੰਮ ਜਿਵੇਂ ਉਹ ਗਣਾਉਂਦੇ ਨੇ ਵੀ ਕੰਮ ਹੁੰਦੇ ਨੇ ਜੀ, ਵਿਕਾਸ ਹੋ ਰਿਹਾ, ਸਾਡਾ ਇਹ ਹੋ ਜਾਏ ਜੀ, ਅਸੀਂ ਮੰਨ ਲਾਂਗੇ ਵੀ ਵਿਕਾਸ ਹੋ ਰਹੇ ਨੇ ਜੀ। ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਆ ਰਹੀਆਂ ਨੇ ਜੀ ਇਹ ਰਸਤੇ 'ਤੇ, ਲਟੇਰੇ ਬਹੁਤ ਆਉਂਦੇ ਨੇ ਜੀ, ਸਮੈਕੀਏ ਬਹੁਤ ਆਉਂਦੇ ਨੇ ਜੀ, ਗਲਤ ਅਨਸਰ ਬਹੁਤ ਆਉਂਦੇ ਨੇ ਜੀ, ਅਤੇ ਜਿਹੜਾ ਕਿ ਸਮਾਜ 'ਤੇ ਬਹੁਤ ਪ੍ਰਭਾਵ ਪੈਂਦਾ ਜੀ ਗਲਤ ਅਨਸਰਾਂ ਦਾ। ਅਸੀਂ ਤਾਂ ਇਹੀ ਕਹਿੰਦੇ ਵੀ ਜੇ ਰਸਤਾ ਜੀ 4 ਕਿਲੋਮੀਟਰ ਦਾ ਪੱਕਾ ਹੁੰਦਾ ਸਾਫ ਸਫਾਈਆਂ ਕਰਕੇ ਜੀ, ਤਾਂ ਸਾਡਾ ਜਿਹੜਾ ਗਾਹਾਂ ਲਿੰਕ ਹੈ ਜੀ ਉਹ ਪਟਿਆਲਾ ਬਾਈਪਾਸ ਨਾਲ ਜੁੜਦਾ ਜੀ, ਅਤੇ ਭਵਾਨੀਗੜ੍ਹ ਗਾਹਾਂ ਬਠਿੰਡੇ ਨੂੰ ਜਾਣਾ ਜੀ, ਇੱਥੋਂ ਸਿੱਧਾ ਬੰਦਾ ਚੜ੍ਹ ਸਕਦਾ ਜੀ ਉਹ ਸੜਕ 'ਤੇ। ਬਹੁਤ ਜ਼ਿਆਦਾ ਦਿੱਕਤਾਂ ਨੇ, ਜੇ ਬਣ ਜਾਏ ਸਾਨੂੰ ਬਹੁਤ ਜ਼ਿਆਦਾ, ਇੰਨੇ ਭੜੋ ਨੰਦਾਂਪੁਰ ਜੀ, ਬੀਂਬੜ ਸਾਰੇ ਨਗਰਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਜੀ ਇਹਦਾ। ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਵੀ ਸਿੰਗਲਾ ਸਾਹਿਬ ਨੂੰ ਵੀ ਜੀ, ਅਤੇ ਸਾਧੂ ਸਿੰਘ ਧਰਮਸੋਤ ਨੂੰ ਵੀ,
भी ये साढ़े एरिए का कम है जी, ये जरूर करवाओ जी, ता जो किसी को परेशानी ना आ सके जी।